1 ਨਵੰਬਰ ਵਾਲਾ ਦਿਨ ਨੇੜੇ ਆ ਗਿਆ ਮੁੱਖ ਮੰਤਰੀ ਨੇ ਚੇਤੇ ਵੀ ਕਰਾ ਦਿੱਤਾ 23 ਮਿੰਟ ਵੀ ਦੇਣ ਦੀਆਂ ਗੱਲਾਂ ਆਖ ਦਿੱਤੀਆਂ ਕਿ ਇਹਨੇ ਮੰਚ ਚ ਚਲਾਉਣਾ ਕਿਵੇਂ ਚਲਾਉਣਾ ਇਹ ਵੀ ਗੱਲਾਂ ਦੱਸ ਦਿੱਤੀਆਂ ਔਰ ਕਿਹਾ ਕਿ ਸਾਰੇ ਤਿਆਰ ਹੋ ਜਾਓ ਤੇ ਆਜੋ ਪੰਜਾਬੀਆਂ ਨੂੰ ਵੀ ਸੱਦਾ ਦੇ ਦਿੱਤਾ ਕਿ 1 ਨਵੰਬਰ ਵਾਲਾ ਦਿਨ ਇਹਨਾਂ ਸਾਰੀਆਂ ਪਸ਼ਾਵਾਂ ਤੋਂ ਜਿਹੜੀਆਂ ਮਰਿਆਦਾਂ ਨੇ ਰੱਖ ਕੇ ਉਹ ਚੱਲੇਗੀ ਡਿਬੇਟ ਖੁੱਲੀ ਚਰਚਾ ਜਿਹੜੀ ਚੱਲ ਰਹੀ ਹੈ ਪਹਿਲੀ ਗੱਲ ਤੇ ਮੈਂ ਨਾ 1 ਨਵੰਬਰ ਨੂੰ ਉਹੀ ਮੈਨੂੰ ਬੜੀ ਹੈਗਾ ਕਿ ਸਾਨੂੰ 1 ਨਵੰਬਰ ਨੂੰ ਮਿਲਿਆ ਕੀ ਸੀ ਸਾਨੂੰ 1 ਨਵੰਬਰ ਨੂੰ ਮੈਂ ਪਰਸਨਲੀ ਨਿੱਜੀ ਤੌਰ ਤੇ ਕਹਿੰਦਾ ਕਿ ਸਾਨੂੰ ਅਧੂਰਾ ਪੰਜਾਬ ਮਿਲਿਆ ਤੇ ਅਸੀਂ ਅਧੂਰੇ ਪੰਜਾਬ ਤੇ ਬੈਸਾਂ ਕਰਦੇ ਨਹੀਂ ਸਾਨੂੰ ਤਾਂ ਪਛਤਾਵਾ ਹੋਣਾ ਚਾਹੀਦਾ ਉਹ ਦਿਨ 1 ਨਵੰਬਰ ਨੂੰ ਪਛਤਾਵਾ ਹੋਣਾ ਜਿਹਦਾ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਕਿ ਪੰਜਾਬ ਨੂੰ ਕਿਵੇਂ ਵਡਿਆ ਗਿਆ ਵਾਰ-ਵਾਰ ਸਾਨੂੰ 1947 ਚ ਸਾਡਾ ਸਾਨੂੰ ਵੰਡ ਦਿੱਤਾ ਗਿਆ ਲੈਂਦਾ ਪੰਜਾਬ ਚੜਦਾ ਪੰਜਾਬ ਵੰਡਤਾ ਫਿਰ ਸਾਨੂੰ 60 ਦੇ ਵਿੱਚ ਵੰਡ ਦਿੱਤਾ ਗਿਆ ਸਾਡੇ ਤਿੰਨ ਕੱਢ ਦਿੱਤੇ ਗਏ ਹਰਿਆਣਾ ਕੱਢਤਾ ਹਿਮਾਚਲ ਕੱਢ ਦਿੱਤਾ ਚੰਡੀਗੜ ਕੱਢ ਦਿੱਤਾ 1 ਨਵੰਬਰ ਤੇ ਅਧੂਰਾ ਪੰਜਾਬ ਸਾਨੂੰ ਮਿਲਿਆ ਕੀ ਹੈ ਨਾ ਸਾਨੂੰ ਦਿੱਤਾ ਕੀ ਨਾ ਕਾਂਗਰਸ ਪਾਰਟੀ ਨੇ ਕੁਝ ਦਿੱਤਾ ਸੈਂਟਰ ਦੇ ਵਿੱਚ ਰਾਜ ਕੀਤਾ ਬਥੇਰਾ ਨਾ ਭਾਜਪੀ ਨੇ ਸਾਨੂੰ ਕੁਝ ਦਿੱਤਾ ਪੰਜਾਬ ਨੇ ਤੇ ਅਸੀਂ ਰੋਜ਼ ਇੱਕ ਦੂਜੇ ਦੇ ਤੇ ਕੱਪੜੇ ਪਾੜਦੇ ਨੇ ਸਾਡੇ ਪੋਲਿਟਿਸ਼ੀਅਨ ਕੱਲੀ ਕਾਂਗਰਸੀ ਆਪ ਵਾਲੇ ਭਾਜਪੀ ਵਾਲੇ ਕਿਸੇ ਦੇ ਕੱਪੜੇ ਕੱਪੜੇ ਲਾ ਕੇ ਨੰਗਾ ਕਰਕੇ ਭੁਜਾਰੇ ਨੇ ਇੱਕ ਦੂਜੇ ਨੂੰ ਜਲੀਲ ਕਰ ਰਹੇ ਨੇ ਬੇਇੱਜ਼ਤ ਕਰ ਰਹੇ ਨੇ ਜਲਾਲਤ ਦਿਖਾ ਰਹੇ ਨੇ ਤੇ ਉਹ ਦਿਨ ਮੈਨੂੰ ਲੱਗਦਾ ਕਿ ਅੱਧੇ ਅੱਧੇ ਘੰਟੇ ਦੇ ਵਿੱਚ ਸੀਐਮ ਸਾਹਿਬ ਕੀ ਅੱਧੇ ਘੰਟੇ ਦੇ ਵਿੱਚ ਇਹਨਾਂ ਦੇ ਕੱਪੜੇ ਪਾੜ ਦੇਣਗੇ ਜਾਂ ਸੁਭੀਤ ਸਿੰਘ ਬਾਦਲਾ ਜਾਂ ਸੁਨੀਲ ਜਾਖੜ ਜਾਂ ਕਾਂਗਰਸ ਪਾਰਟੀ ਜ ਕੀ ਕਰ ਲੈਣਗੇ ਅੱਧੇ ਅੱਧੇ ਘੰਟੇ 2 ਘੰਟੇ 2 ਘੰਟੇ ਲੋਕਾਂ ਨੂੰ ਤੁਸੀਂ ਕੂੜ ਪ੍ਰਚਾਰ ਹੀ ਸੁਣਾਉਣਾ ਨਾ ਕੀ ਪੰਜਾਬ ਜ ਉਹਦੇ ਚ ਕੁਝ ਮਿਲੂਗਾ ਹੂੰ ਉਹਦੇ ਚ ਕੁਝ ਮਿਲੇਗਾ ਇੱਕ ਦੂਜੇ ਨੂੰ ਬੇਇੱਜ਼ਤੀ ਕਰਨੀ ਕਿ ਤੁਸੀਂ ਜੀ ਉਹ ਪੰਜਾਬ ਵਾਸਤੇ ਇਹ ਨਹੀਂ ਕੀਤਾ ਤੁਸੀਂ ਲੁੱਟ ਕੇ ਖਾਲੇ ਤੁਸੀਂ ਹੋਟਲ ਬਣਾਲੇ ਤੁਸੀਂ 2 ਕਰੋੜ ਲੈਲੇ ਤੁਸੀਂ ਪਾਣੀ ਵੇਚਦਾ ਤੁਸੀਂ ਸੋਨੇ ਦੀ ਕਹੀ ਦਿੱਤੀ ਕਿੰਨੂੰ ਨਹੀਂ ਪਤਾ ਹੈਗਾ ਹੂੰ ਨਿੱਕੇ ਨਿੱਕੇ ਬੱਚੇ ਨੂੰ ਪਤਾ ਹੈਗਾ ਕਿ ਪੰਜਾਬ ਦੇ ਨਾਲ ਕਿਵੇਂ ਲੁੱਟੇ ਗਏ ਨੇ ਪੰਜਾਬ ਨੂੰ ਕਿਵੇਂ ਬਰਬਾਦ ਕੀਤਾ ਗਿਆ ਕਿ ਪੇ ਪੰਜਾਬ ਨੂੰ ਵੇਚਿਆ ਗਿਆ ਸਾਰਿਆਂ ਨੂੰ ਪਤਾ ਨਵਾਂ ਕੀ ਆ ਸਿਆਣੇ ਕੀ ਕਹਿੰਦੇ ਕੌਮਾਂ ਕਹਿੰਦੇ ਜਿਹੜੇ ਅਤੀਤ ਤੋਂ ਗਲਤੀਆਂ ਸਿੱਖਦੇ ਨੇ ਪੰਜਾਬ ਦੀ ਲੀਡਰਸ਼ਿਪ ਚਾਹੇ ਨਵੀਆਂ ਚਾਹੇ ਪੁਰਾਣੀ ਪੰਜਾਬ ਦੀ ਲੀਡਰਸ਼ਿਪ ਨੇ ਕੁਝ ਨਹੀਂ ਸਿੱਖਿਆਗਾ ਪੰਜਾਬ ਨੂੰ ਦਾਤ ਤੇ ਲਾਇਆਗਾ ਔਰ ਉਥੇ ਕੀ ਹੈ ਪ੍ਰੋਫੈਸਰ ਨਿਰਮਲ ਸਿੰਘ ਜੋੜਾ ਬੜੀ ਮਾਣਮੱਤੀ ਹਸਤੀ ਆ ਕਿ ਉਹ ਸਾਹਿਤਿਕ ਤੇ ਸੱਭਿਆਚਾਰਕ ਮੇਲਾ ਹੋ ਰਿਹਾ ਕਿਉਂਕਿ ਮੈਂ ਤਾਂ ਪ੍ਰੋਫੈਸਰ ਜੋੜਾ ਸਾਹਿਬ ਨੂੰ ਜਿੰਨੇ ਵੀ ਸਾਹਿਤਿਕ ਪ੍ਰੋਗਰਾਮਾਂ ਚ ਦੇਖਿਆ ਜਾਂ ਸੱਭਿਆਚਾਰਕ ਪ੍ਰੋਗਰਾਮ ਚ ਦੇਖਿਆ ਮੈਨੂੰ ਲੱਗਦਾ ਹੈ ਕਿ ਪੰਜਾਬ ਪੰਜਾਬ ਦੇ ਜੇ ਪੰਜਾਬ ਦਾ ਵਾਕਏ ਭਗਵੰਤ ਮਾਨ ਸਾਹਿਬ ਨੇ ਭਲਾ ਕਰਨਾ ਹੈਗਾ ਥੱਲੇ ਬੈਠਣ ਪਗਵਾ ਪੰਜਾਬ ਦੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਇੱਕ ਕੁਰਸੀ ਤੇ ਸੁਬੀਰ ਸਿੰਘ ਬਾਦਲ ਬੈਠਣ ਸੁਨੀਲ ਜਾਖੜ ਬੈਠਣ ਰਾਜਾ ਮਰਿੰਦਰ ਸਿੰਘ ਵਿਡਿੰਗ ਬੈਠਣ ਜਾਂ ਬਸਪਾ ਵਾਲੇ ਬੈਠਣ ਜਾਂ ਪੰਜਾਬ ਦੀਆਂ तमाम ਉਹ ਪਾਰਟੀਆਂ ਦੇ ਪ੍ਰਧਾਨ ਸੁਭਾਈ ਪਾਰਟੀਆਂ ਦੇ ਜਨਰਲਸ਼ ਪਾਰਟੀਆਂ ਦੇ ਪ੍ਰਧਾਨ ਬੈਠੇ ਤੇ ਸਾਡੇ ਮੰਚ ਤੇ ਕੌਣ ਹੋਣੇ ਚਾਹੀਦੇ ਨੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਚਾਹੇ ਗੁਰਨਾੜਕ ਦੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਜਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਐਸਐਸ ਜੋਲ ਵਰਗੇ ਬੈਠਣੇ ਚਾਹੀਦੇ ਨੇ ਡਾਕਟਰ ਰਣਜੀਤ ਸਿੰਘ ਘੁੰਮਣ ਵਰਗੇ ਬੈਠਣੇ ਚਾਹੀਦੇ ਸੁੱਚਾ ਸਿੰਘ ਗਿੱਲ ਵਰਗੇ ਬੈਠਣੇ ਚਾਹੀਦੇ ਨੇ ਡਾਕਟਰ ਪਿਆਰੇ لال ਗਰਗ ਵਰਗੇ ਬੈਠਣੇ ਚਾਹੀਦੇ ਧਰਮਵੀਰ ਗਾਂਧੀ ਸਾਹਿਬ ਬੈਠਣੇ ਚਾਹੀਦੇ ਨੇ ਜਿਨ੍ਹਾਂ ਕੋ ਪੰਜਾਬ ਦਾ ਵਿਜ਼ਨ ਆ ਜਿਹੜੇ 10 ਸਾਲ ਦੇ ਨੇ ਕਿ ਪੰਜਾਬ ਨੂੰ ਕਿਵੇਂ ਕੱਢਣਾ ਸਾਨੂੰ ਪੰਜਾਬ ਚੋਂ ਹੈਲਥ ਕੱਢਣ ਵਾਸਤੇ ਐਜੂਕੇਸ਼ਨ ਕੱਢਣ ਵਾਸਤੇ ਸਾਡੇ ਕੋਲ ਡਾਕਟਰ ਪਿਆਰੇ ਲਾਲ ਗਰਗ ਨੇ ਜੇ ਤੁਸੀਂ ਪੰਜਾਬ ਨੂੰ ਅਰਥ ਪੈੰਡੂ ਅਰਥ ਚਾਰੇ ਚੋਂ ਬਾਹਰ ਕੱਢ ਕੇ ਮਜ਼ਬੂਤ ਕਰਨਾ ਹੈ ਸਾਡੇ ਕੋਲ ਐਸਐਸ ਗਿਲ ਨੇ ਸਾਡੇ ਕੋਲ ਰঞ্জੀਤ ਸਿੰਘ ਘੁੰਮਣ ਵਰਗੇ ਨੇ ਜਿਨ੍ਹਾਂ ਨੂੰ ਮੈਂ ਡਾਕਟਰ ਗਿਆਨ ਸਿੰਘ ਜਿਨ੍ਹਾਂ ਨੂੰ ਮੈਂ ਪੜਦਾ ਜਾਂ ਜਿਹਨਾਂ ਮੇਰੇ ਹਿਸਾਬ ਦੇ ਨਾਲ ਜਾਂ ਮੇਰੇ ਹਿਸਾਬ ਦੇ ਨਾਲ ਨਹੀਂ ਚੱਲਣਾ ਹੈਗਾ ਪਰ ਜਿਹੜੇ ਲੋਕ ਲਾਜ਼ਮੀ ਤੌਰ ਤੇ ਮੈਨੂੰ ਲੱਗਦਾ ਕਿ ਮੇਰੇ ਵਾਂਗ ਬਹੁਤ ਸਾਰੇ ਜਿਹੜੇ ਲੋਕ ਹੈ ਜਿਨ੍ਹਾਂ ਅਖਬਾਰਾਂ ਚ ਪੜਦੇ ਜਾਂਦੇ ਉਹਨਾਂ ਦੇ ਨਾਲ ਡਿਸਕਸ਼ਨ ਕਰਦੇ ਜਾਂ ਉਹਨਾਂ ਨਾਲ ਗੱਲਬਾਤ ਹੁੰਦੀ ਲਿਆ ਸਾਡੇ ਕੋਲ ਐਸਾ ਸਜੋਲ ਵਰਗੇ ਸਾਡੇ ਕੋਲ ਬੈਠੇ ਨੇ ਉਹਨਾਂ ਨੂੰ ਲਾਉਣਾ ਇਹ ਸੁਣਨ ਜੋ ਤੁਸੀਂ ਇੱਕ ਦੂਜੇ ਦੇ ਕੱਪੜੇ ਪਾੜਨੇ ਜੋ ਤੁਸੀਂ ਇੱਕ ਦੂਜੇ ਦਾ ਗੰਦ ਸੁੱਟਣਾ ਪਰ ਪਰ ਕੇ ਚਿਹਰੇ ਬੇਨਕਾਬ ਕਰਨੇ ਲੋਕਾਂ ਨੂੰ ਪਤਾ ਕਿ ਕਾਂਗਰਸ ਨੇ ਕੀ ਕੀਤਾ ਕਾਲੀ ਦਲ ਨੇ ਕੀਤਾ ਸਾਡੇ ਕੋਲ ਚੀਫ ਸਕੱਰੇਟਰੀ ਰੈਂਕ ਦੇ ਆਫੀਸਰ ਨੇ ਰਮੇਸ਼ਿੰਦਰ ਸਿੰਘ ਨੇ ਐਸਐਸ ਬੋਪਾਰਾਏ ਵਰਗੇ ਸਾਡੇ ਕੋਲ ਲੋਕ ਸੀ ਸਾਨੂੰ ਉਹਨਾਂ ਨੂੰ ਬੁਲਾਉਣੇ ਚਾਹੀਦੇ ਬੁਲਾਓ ਉਹਨਾਂ ਨੂੰ ਮੰਚ 'ਤੇ ਦੋ ਉਹ ਹਰ ਟੌਪਿਕ ਤੇ ਅੱਧਾ ਅੱਧਾ ਘੰਟਾ ਬੋਲਣ ਚਾਹੀਏ ਚਾਰ ਦਿਨ ਲੱਗ ਜਾਣ ਪਰ ਅਜੇ ਮંચ ਦੀ بجائے ਪਤਾ ਲੱਗਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਆਡੀਟੋਰੀਅਮ ਵਿੱਚ ਬਹਿਸ ਹੋਣੀ ਹੈ ਖੁੱਲੀ ਚਰਚਾ ਹੋਣੀ ਹੈ ਉੱਥੇ ਤਾਂ ਤਾਮਝਾਮ ਬੜਾ ਖੜਾ ਕੀਤਾ ਜਾ ਰਿਹਾ ਹੈ ਪ੍ਰਬੰਧ ਵੱਡੇ ਪੱਧਰ ਤੇ ਹੋ ਰਹੇ ਐ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਵੱਡੀ ਇੱਕ ਰੈਲੀ ਹੋਣ ਜਾ ਰਹੀ ਹੈ ਮੈਂ ਵੀ ਕਹਿ ਰਿਹਾ ਕਿ ਉਹਦੇ ਤੇ ਕੋਈ ਫਾਇਦਾ ਨਹੀਂ ਲੋਕੀ ਵਿਧਾਨ ਸਭਾ ਦੇ ਵਿੱਚ ਵਿੱਚ ਇਹਨਾਂ ਨੂੰ ਸੁਣਦੇ ਆ ਇਹ ਇਹ ਕਿਹੜਾ ਉੱਥੇ ਕਿਹੜੇ ਕਿ ਕਿਤੇ ਪੰਜਾਬ ਨੂੰ ਕਰਜ਼ੇ ਦੇ ਜਾਲ ਚੋਂ ਕੱਢਣ ਦੀਆਂ ਗੱਲਾਂ ਕਰਦੇ ਨੇ ਜਾਂ ਪੰਜਾਬ ਨੂੰ ਖੇਡਾਂ ਦੇ ਮਾਮਲੇ 'ਚ ਉੱਪਰ ਚੱਕਣ ਦੀਆਂ ਗੱਲਾਂ ਕਰਦੇ ਨੇ ਜਾਂ ਹੈਲਥ ਦੇ ਮਾਮਲੇ 'ਚ ਪੰਜਾਬ ਨੂੰ ਉੱਚਾ ਚੱਕਣ ਦੀਆਂ ਗੱਲਾਂ ਕਰਦੇ ਨੇ ਜਾਂ ਐਜੂਕੇਸ਼ਨ ਦੇ ਜਾਂ ਪੰਜਾਬ ਨੂੰ ਖੇਤੀ ਬਾੜੀ 'ਚ ਕਿਵੇਂ ਕਿੱਟਣਾ ਪਾਣੀ ਕਿਵੇਂ ਬਚਾਉਣਾ ਵਿਧਾਨ ਸਭਾ ਦੇ ਵਿੱਚ ਕੀ ਕੁਝ ਕਰਦੇ ਨੇ ਉੱਥੇ ਵੀ ਇੱਕ ਦੂਜੇ ਦਾ ਗੰਦ ਹੀ ਖਿਲਾਰਦੇ ਨੇ ਇਸ ਟਾਈਮ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਨਾ ਉਹ ਗੰਦ 'ਚ ਸੋਟੀਆਂ ਮਾਰ ਰਹੀ ਹੈ ਤੇ ਜਦੋਂ ਪੰਜਾਬ ਦੀ ਲੀਡਰਸ਼ਿਪ ਗੰਦ ਚ ਸੋਟੀਆਂ ਮਾਰਦੀ ਕਿਸੇ ਦੇ ਤੇ ਨਹੀਂ ਮੂੰਹ ਤੇ ਪੈਂਦਾ ਆਪਣੇ ਮੂੰਹ ਤੇ ਪੈਂਦਾ ਇੱਕ ਦੂਜੇ ਦੇ ਮੂੰਹ ਤੇ ਪਾ ਰਹੇ ਨੇ ਹੁਣ ਸਵਾਲ ਹੈ ਕਿ ਜੇ ਵਿਧਾਨ ਸਭਾ ਦੇ ਵਿੱਚ ਤੁਹਾਨੂੰ 117 ਚੁਣ ਕੇ ਅਸੀਂ ਭੇਜਿਆ ਪੰਜਾਬ ਦੀ ਜਨਤਾ ਨੇ ਜੇ ਪੰਜਾਬ ਦੀ ਜਨਤਾ ਨੇ ਇਸ ਵਾਰ 117 ਚੁਣ ਕੇ ਤੁਹਾਨੂੰ ਜਿਹੜੇ ਤੁਸੀਂ 117 ਜੇ ਗੁਨਾਹ ਕਰ ਲਿਆ ਤੇ ਪੰਜਾਬ ਦੇ ਲੋਕਾਂ ਨੂੰ ਨਾਲ ਸਜ਼ਾ ਦਿਓ ਫਿਰ ਇੱਕ ਵਾਰਾ ਕੀ ਇੱਕ ਵਾਰਾ ਪੰਜਾਬ ਯੂਨੀਵਰਸਿਟੀ ਕਰਾ ਦੋ ਫਿਰ ਲੁਧਿਆਣਾ ਕਰਾ ਦੋ ਫਿਰ ਪੰਜਾਬੀ ਯੂਨੀਵਰਸਿਟੀ ਕਰਾ ਦੋ ਫਿਰ ਗੁਰਨਾਨਕ ਦੇਵ ਯੂਨੀਵਰਸਿਟੀ ਕਰਾ ਦੋ ਫਿਰ ਸਾਰੀਆਂ ਯੂਨੀਵਰਸਿਟੀ ਚੇਂਜ ਕਰਾਉਂਦਾ ਫਾਇਦਾ ਕੀ ਹੈ ਮੰਚ ਡਿਬੇਟਾਂ ਦੇ ਸ਼ੋਭ ਦੇ ਨੇ ਪੰਜਾਬ ਵਿਧਾਨ ਸਭਾ ਜਿਹਨੂੰ ਤੁਸੀਂ ਕਹਿੰਦੇ ਕਿ ਇਹ ਮੰਦਰ ਆ ਤੇ ਮੰਦਰ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਜਲੀਲ ਕਰਦੇ ਹੋ ਤੁਸੀਂ ਉੱਥੇ ਕਿਸੇ ਨੂੰ ਬੋਲਣ ਨਹੀਂ ਦਿੰਦੇ ਰੌਲਾ ਪਾਉਂਦੇ ਖੱਪ ਪਾਉਂਦੇ ਹੈਗੇ ਕੱਪੜੇ ਲਾਉਂਦੇ ਉਦੋਂ ਮਸਾਂ ਕਹਿੰਦੇ ਲੜਾਈ ਹੁੰਦੀ ਹੁੰਦੀ ਬਚ ਗਈ ਆ ਇੱਕ ਦੂਜੇ ਦੀਆਂ ਬਾਹਾਂ ਟਾਂਗ ਲੀਆਂ ਸੀ ਬਹਿਸ ਵਿਧਾਨ ਸਭਾ ਦੇ ਵਿੱਚ ਚੱਲਦੀ ਆ ਬਾਹਰ ਨਹੀਂ ਚੱਲਦੀ ਹੈਗੀ ਆ ਔਰ ਮੈਂ ਫਿਰ ਇਹ ਇਹ ਕਰਦਾ ਕਿ ਜੇ ਪ੍ਰੋਫੈਸਰ ਨਿਰਮਲ ਸਿੰਘ ਜੋੜਾ ਸਾਹਿਬ ਨੂੰ ਬੁਲਾਣਾ ਤੇ ਫਿਰ ਤਿੰਨ ਜੱਜ ਵੀ ਬੁਲਾ ਲਓ ਹੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਾਈਸ ਚਾਂਸਲ ਗੁਰਨਾਗਦੇ ਯੂਨੀਵਰਸਿਟੀ ਖੇਤੀਬਾੜੀ ਜਾਂ ਪੰਜਾਬੀ ਫਿਰ ਉਹ ਜੱਜ ਜਿਹੜੇ ਸਾਡੇ ਹੈਗੇ ਨਾ ਜੀ ਉਹ ਦੱਸਣ ਕਿ ਸੀਐਮ ਸਾਹਿਬ 10 ਨੰਬਰਾਂ 'ਚ ਕਿੰਨੇ ਨੰਬਰ ਲੈ ਗਏ ਨੇ ਸੁਬੀਸ਼ ਸਿੰਘ ਬਾਦਲ ਕਿੰਨਾ ਲੈ ਗਏ ਨੇ ਸੁਨੀਲ ਜਾਖੜ ਕਿੰਨਾ ਲੈ ਗਏ ਜਿਹੜੇ ਵੀ ਉਸ ਦਿਨ ਹਾਜ਼ਰ ਹੁੰਦੇ ਨੇ ਮੈਨੂੰ ਲੱਗਦਾ ਇਸ ਬੈਸ ਦਾ ਕੁਝ ਨਹੀਂ ਇਕ ਦੂਜੇ ਨੂੰ ਉਹਨਾਂ ਜਲੀਲ ਕਰਨਾ ਇਹ ਜਲੀਲ ਨਹੀਂ ਹੋਣਗੇ ਪੰਜਾਬ ਜਲੀਲ ਹੋਊਗਾ 1 ਨਵੰਬਰ ਨੂੰ ਇੱਕ ਅਧੂਰਾ ਪੰਜਾਬ ਔਰ ਉਸ ਤੇ ਬੈਸ ਔਰ ਬੈਸ ਨੇ ਕੁਝ ਨਹੀਂ ਸਵਾਰਨਾ ਬੈਸ ਤੋਂ ਕੁਝ ਨਹੀਂ ਨਿਕਲਦਾ ਹੁੰਦਾ ਜਦੋਂ ਤੁਸੀਂ ਸਿਰ ਜੋੜ ਇਹਦੇ ਨਾਲ ਤੇ ਬੈਟਰ ਇਹ ਹੁੰਦਾ ਕਿ ਐਸ ਵਾਈਲ ਦਾ ਮੁੱਦਾ ਅਸੀਂ ਕਿਵੇਂ ਹੱਲ ਕਰਨਾ ਸੁਪਰੀਮ ਕੋਰਟ ਕਹੇਰੀ ਸਰਵੇ ਕਰਵਾਓ ਆਲ ਪਾਰਟੀ ਮੀਟਿੰਗ ਬੁਲਾਉਂਦੇ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਵਾਟਰ ਐਗਰੀਮੈਂਟ ਰੱਦ ਕੀਤਾ ਸੀ 2004 ਦੇ ਵਿੱਚ ਆਲ ਪਾਰਟੀ ਮੀਟਿੰਗ ਬੁਲਾਈ ਸੀ ਬਾਦਲ ਸਾਹਿਬ ਬਤੌਰ اپੋਜੀਸ਼ਨ ਲੀਡਰ ਸੀ ਉਹ ਗਏ ਇਸ ਇਹ ਹਾਲ ਨਿਕਲਦਾ ਜਿਹੜੇ ਸਾਊਥ ਦੇ ਸੂਬੇ ਨੇ ਉਹ ਕੀ ਕਰਦੇ ਸੰਸਦ ਜੋ ਪਾਰਲੀਮੈਂਟ ਬੈਠਦੀ ਹੈ ਨਾ ਉਹ ਆਪਣੇ ਜਿੰਨੇ ਲੋਕ ਸਭਾ ਮੈਂਬਰ ਰਾਜ ਸਭਾ ਮੈਂਬਰ ਜਿੰਨੇ ਵੀ ਪਚਾਏ ਮੁੱਖ ਮੰਤਰੀ ਕਿਸੇ ਹੋਰ ਪਾਰਟੀ ਦਾ ਤੇ ਰਾਜ ਸਭਾ ਲੋਕ ਸਭਾ ਮੈਂਬਰ ਕਿਸੇ ਹੋਰ ਪਾਰਟੀ ਦੇ ਉਹ ਦਿਨ ਬੁਲਾਉਂਦੇ ਨੇ ਦੋ ਦਿਨ ਬੁਲਾਉਂਦੇ ਨੇ ਪਹਿਲੇ ਦਿਨ ਲੋਕ ਸਭਾ ਮੈਂਬਰ ਫਿਰ ਦੂਜੇ ਦਿਨ ਰਾਜ ਸਭਾ ਮੈਂਬਰ ਕਿ ਆਪਣੇ ਸਟੇਟ ਦੇ ਆ ਮੁੱਦੇ ਨੇ ਇਹ ਪਾਰਲੀਮੈਂਟ ਦੇ ਠਾਉਣੇ ਨੇ ਸੈਂਟਰ ਨੂੰ ਜਵਾਬ ਦੇ ਬਣਾਉਣਾ ਇੱਥੇ ਜੇ ਉੱਥੇ ਹਰ ਸਿਮਰਿਤ ਕੌਰ ਬੋਲਦੀ ਹੋਵੇ ਤੇ ਕਾਂਗਰਸ ਵਾਲੇ ਰੌਲਾ ਪਾਉਂਦੇ ਨੇ ਐਮਪੀ ਜੇ ਕਾਂਗਰਸ ਵਾਲੇ ਬੋਲਦੇ ਹੋਵੇ ਤੇ ਅਕਾਲੀ ਦਲ ਰੌਲਾ ਪਾਉਂਦੇ ਰਿਹਾਗੇ ਨੇ ਇਹ ਇੱਕ ਦੂਜੇ ਦੇ ਕੱਪੜੇ ਪਾੜਦੇ ਪੰਜਾਬ ਦਾ ਢਿੱਡ ਨਾ ਇਹ ਇਹ ਲੋਕ ਨੇ ਲੋਕ ਸਭਾ ਦੇ ਵਿੱਚ ਦਰਾਸਭਾ ਦੇ ਵਿੱਚ ਜਿਹੜਾ ਆਪਣਾ ਸਿਆਣ ਕਹਿੰਦੇ ਕਿ ਆਪਣਾ ਘਗਾ ਚੱਗੋ ਨਾ ਤੇ ਆਪਣਾ ਢਿੱਡ ਨੰਗਾ ਹੁੰਦਾ ਇਹ ਪੰਜਾਬ ਦੇ ਲੋਏ ਚੁਣੇ ਹੋਏ ਨਮਾਇੰਦ ਦੇ ਲੋਕ ਸਭਾ ਮੈਂਬਰ ਰਾਜ ਸਭਾ ਮੈਂਬਰ ਦਿੱਲੀ ਜਾ ਕੇ ਆਪਣਾ ਝੱਗਾ ਚੁੱਕਦੇ ਤੇ ਪੰਜਾਬ ਨੂੰ ਨੰਗਾ ਕਰਦੇ ਆਗੇ ਨੇ ਤੇ ਇਸ ਇਹਨਾਂ ਦੇ ਪੱਲੇ ਕੀ ਹੈ ਪੰਜਾਬ ਦੇ ਲੀਡਰਾਂ ਦੇ ਕੀ ਪੱਲੇ ਨੇ ਜਿਹੜਾ ਪੰਜਾਬ ਦਾ ਸਵਾਰ ਲੈਣਗੇ ਇਸ ਕਰਕੇ ਜਿਹੜੀਆਂ ਬਹਿਸਾਂ ਨਾ ਬੈਸਾਂ ਵਿਧਾਨ ਸਭਾ ਦੇ ਵਿੱਚ ਜੱਜਦੀਆਂ ਨੇ ਪਾਰਲੀਮੈਂਟ ਦੇ ਵਿੱਚ ਜੱਜਦੀਆਂ ਕੱਲ ਨੂੰ ਤੇ ਫਿਰ ਹਰਿਆਣੇ ਵਾਲੇ ਕਹਿ ਦਿੰਦੇ ਰੁੱਤਕ ਰੱਖ ਲਓ ਤੇ ਰੱਖ ਲਓ ਇਹ ਤਾਂ ਕੀ ਆ ਕੁਝ ਨਹੀਂ ਬਹਿਸ ਪਾਰਲੀਮੈਂਟ ਦੇ ਵਿੱਚ ਜੱਜਦੀ ਆ ਇੱਕ ਦੂਜੇ ਨੂੰ ਜਲੀਲ ਤੇ ਤੁਸੀਂ ਰੋਜ਼ ਹੀ ਕਰਦੇ ਹੋ ਕੋਈ ਵਿਆਹ ਦੇ ਟੀਚਰਾਂ ਕਰੀ ਜਾਂਦਾ ਕੋਈ ਕਿਸੇ ਸ਼ਰਾਬ ਦੇ ਟੀਚਰਾਂ ਕਰੀ ਜਾਂਦਾ ਕੋਈ ਕਹਿੰਦਾ ਕਿ ਬਾਜਵਾੜੀਆਂ ਉਹ ਪਾਸ ਪਾ ਕੋਈ ਕਹਿੰਦਾ ਪੈਗ ਵਨ ਤਾਂ ਕੋਈ ਕਹਿੰਦੇ ਸੁੱਖਾ ਵਾ ਕੋਈ ਕਹਿੰਦਾ ਗੱਪੀ ਆ ਯਾਰ ਇਸ ਤੋਂ ਵੱਡੀ ਘਟਿਆ ਪੰਜਾਬ ਦੀ ਸਿਆਸਤ ਕਿਵੇਂ ਕਰ ਦਿੱਤੀ ਹੈਗੀਆ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਨੂੰ ਸਮਝਾਉਣ ਕਿ ਘੱਟੋ ਘੱਟ ਸ਼ਬਦਾਵਲੀ ਤੇ ਚੰਗੀ ਵਰਤਲੋ ਨਾ ਜੀ ਤੁਸੀਂ ਉਦਾਂ ਵਿਧਾਨ ਸਭਾ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਉਂਦੇ ਜੋ ਵਕ ਵਕ ਸਕੂਲਾਂ ਤੋਂ ਲੈ ਕੇ ਆਉਂਦੇ ਉਹ ਕੀ ਕਹਿੰਦੇ ਹੋਣਗੇ ਉਹ ਕਹਿੰਦੇ ਨਹੀਂ ਕਿ ਯਾਰ ਇਹਦੇ ਨਾਲ ਤੁਸੀਂ ਕਪਲ ਸ਼ਰਮਾ ਦਾ ਪ੍ਰੋਗਰਾਮ ਦੇ ਲੈਂਦੇ ਉੱਥੇ ਚਾਰ ਹੱਸਤ ਲੈਂਦੇ ਇੱਥੇ ਤਾਂ ਸਾਨੂੰ ਰੋਣਾ ਆ ਰਿਹਾ ਕਿ ਵੱਡੇ ਵੱਡੇ ਅਸੀਂ ਸੁਣੀਦਾ ਕਿ ਵੱਡੇ ਵੱਡੇ ਪੰਜਾਬ ਦੇ ਲੀਡਰ ਨੇ ਤੇ ਕਰ ਕੀ ਰਏ ਹੈਗੇ ਨੇ ਇਸ ਕਰਕੇ ਮੈਨੂੰ ਇਹ ਲੱਗਦਾ ਕਿ 1 ਨਵੰਬਰ ਦੀ ਬੈਸ ਠੀਕ ਆ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲਿਆ ਉਹਨਾਂ ਦੇ ਐਲਾਨ ਦੇ ਵਿੱਚ ਫਸ ਗਏ ਟਰੈਪ ਚ ਆ ਗਏ ਨੇ ਉਹ ਭਾਜਪਾ ਵੀ ਟ੍ਰੈਪ ਚ ਆ ਗਈ ਕਾਂਗਰਸ ਵੀ ਆ ਗਈ ਅਕਾਲੀ ਦਲ ਵੀ ਆ ਗਿਆ ਹੁਣ ਭਾਵੇਂ ਇੱਕ ਨਵੰਬਰ ਨੂੰ ਜਾਂਦੇ ਕਿ ਨਹੀਂ ਜਾਂਦੇ ਜਿਸ ਦਿਨ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਆਓ ਗੱਲ ਕਰੀਏ ਇੱਕ ਨਵੰਬਰ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਵੱਖਰਾ ਟਵੀਟ ਕਰ ਦਿੱਤਾ ਰਾਜਾ ਮਿਰਿੰਦਰ ਸਿੰਘ ਵੱਖਰਾ ਕਰ ਦਿੱਤਾ ਗਾ ਪ੍ਰਗਟ ਸਿੰਘ ਉਹਨਾ ਵੱਖਰਾ ਕਰਤਾ ਸੁਖਜਿੰਦਰ ਸਿੰਘ ਰੰਧਾਵਾ ਨਾਲ ਵੱਖਰਾ ਕਰਤਾ ਕਾਲੀ ਦਲ ਵਾਲੇ ਨੇ ਸੁਭੀ ਸਿੰਘ ਬਾਦਲ ਨੇ ਵੱਖਰਾ ਕਰਤਾ ਭਾਜਪਾ ਵਾਲੇ ਵੱਖਰਾ ਕਰਤਾ ਫਿਰ ਮੁਕਰ ਵੀ ਗਏ ਕੀ ਯਾਰ ਕਰ ਕੀ ਰਹੇ ਹੋ ਤੁਸੀਂ ਇਹ ਤੁਸੀਂ ਜਾਓ ਨਾ ਜਾਓ ਡਿਬੇਟ ਉੱਤੇ ਬਹਿਸ ਹੁੰਦੀ ਜਾਂ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਇਸ ਬਹਿਸ ਦੇ ਵਿੱਚ ਪੰਜਾਬ ਦੀ ਜਨਤਾ ਨੇ ਪਹਿਲਾਂ ਹੀ ਨਕਾਰ ਦਿੱਤਾ ਸੀ ਕਾਲੀਆਂ ਨੂੰ ਵੀ ਤੇ ਕਾਂਗਰਸ ਨੂੰ ਵੀ ਤੇ ਬੀਜੇਪੀ ਆਲਿਆਂ ਨੂੰ ਕਿ ਜੇ ਅੱਜ ਪੰਜਾਬ ਇੱਥੇ ਆਇਆ ਇਸ ਮਕਾਮ ਤੇ ਆਇਆ ਇਸ ਕਦਰ ਪੰਜਾਬ ਡਿੱਗਿਆ ਹੈਗਾ ਤੁਸੀਂ ਰਿਸਪਾਂਸਿਬਲ ਹੋ ਤੁਸੀਂ ਜ਼ਿੰਮੇਵਾਰ ਸੀ ਤੇ ਜਿਹੜੇ ਨਕਾਰੇ ਹੋਏ ਨੰਬੰਦਿਆਂ ਨੂੰ ਪਾਰਟੀਆਂ ਨੂੰ ਤੁਸੀਂ ਫੇਰ ਉਹ ਪਲੇਟਫਾਰਮ ਦੇ ਰਹੇ ਹੋ ਜਿਹੜੇ ਪੰਜਾਬ ਦੀ ਜਨਤਾ ਨੇ ਨਕਾਰ ਦਿੱਤੇ ਆਗੇ 3 ਕਰੋੜ ਪੰਜਾਬੀਆਂ ਨੇ ਨਕਾਰਤੇ ਆ ਕਾਲੀ ਦਲ ਤੇ ਕਾਂਗਰਸ ਵਾਲੇ ਤੇ ਮੁੱਖ ਮੰਤਰੀ ਦੇ ਨਕਾਰਨ ਦੇ ਨਾਲ ਨਾ ਕਾਲੀ ਦਲ ਨੂੰ ਫਰਕ ਪੈਣਾ ਨਾ ਕਾਂਗਰਸ ਨੂੰ ਫਰਕ ਪੈਣਾ ਕਿਉਂਕਿ ਪੰਜਾਬ ਦੀ ਜਨਤਾ ਨੇ ਟੈਸਟ ਲੈਣਾ ਨਾ ਅੱਜ ਤੁਹਾਨੂੰ ਲੱਗਦਾ ਕਿ ਅਸੀਂ ਬੜੇ ਹੁਸ਼ਿਆਰ ਆ ਆਮ ਆਦੀ ਪਾਰਟੀ ਨੂੰ ਲੱਗਦਾ ਕਿ ਅਸੀਂ ਬਹੁਤ ਹੁਸ਼ਿਆਰ ਆ ਅਸੀਂ ਹਰ ਦੌਰ 'ਚ ਅਹੀਂ ਅੱਗੇ ਆਉਣਾ ਹੈਗਾ ਤੁਹਾਨੂੰ ਚਵੀ ਜਿਤਨੀ ਪੈਣੀ ਆ ਤੁਹਾਨੂੰ ਫਿਰ 27 'ਚ ਪਤਾ ਲੱਗੂਗਾ ਤੁਸੀਂ ਕਿੰਨੇ ਕੀ ਚੰਗੇ ਕੰਮ ਕੀਤੇ ਹੈਗੇ ਨੇ ਕਿੰਨੇ ਕੀ ਤੁਸੀਂ ਕਾਲੀਆਂ ਲੋ ਚੰਗੇ ਸੀ ਕਿੰਨੇ ਕੀ ਤੁਸੀਂ ਕਾਂਗਰਸ ਵਾਲੇ ਉਹ ਬੈਸ ਮੰਨੀ ਜਾਣੀ ਅਸਲੀ ਜਦੋਂ 27 ਦੀਆਂ ਚੋਣਾਂ ਪਈਆਂ ਨਾ ਜਦੋਂ ਰਿਜ਼ਲਟ ਆਏ ਉਸ ਦਿਨ ਪਤਾ ਲੱਗੂਗਾ ਕਿ ਕਿਹੜਾ ਬੈਸ ਦੇ ਵਿੱਚ ਇਮਤਿਹਾਨ ਜਿੱਤਿਆ ਕਿਹੜਾ ਨਹੀਂ ਜਿੱਤਿਆਗਾ ਜੀ